ਸਭ ਨੇ ਸੁਣ ਲਿਆ ਕਿ ਮੈਂ ਸੀਐਮ ਸ਼ਿਪ ਛੱਡ ਰਿਹਾ, ਮੈਂ ਹੁਣ ਜਨਤਾ ਦੇ ਸਾਹਮਣੇ ਜਾਵਾਂਗਾ, ਦੁਬਾਰਾ ਕੁਰਸੀ ਤਾਂ ਬੈਠਾਂਗਾ। ਦੇਸ਼ ਦੀ ਰਾਜਨੀਤੀ ਤੇ ਮੈਨੂੰ ਲੱਗਦਾ ਕਿ ਇਦਾਂ ਦਾ ਸਟੈਪ ਬਹੁਤ ਘੱਟ ਹੈ, ਕਿਵੇਂ ਦੇਖਦੇ ਹੋ ਸਲਾਮ? ਦੇਖੋ ਮੇਰੀ ਜੀ, ਮੈਨੂੰ ਨਾ ਅੱਜ ਨਿੱਜੀ ਤੌਰ ਤੇ ਹੋਰ ਵੀ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇਦਾਂ ਦੇ ਲੀਡਰ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ। ਨਹੀਂ, ਲੀਡਰ ਤਾਂ ਕੁਰਸੀ ਨਾਲ ਚਿਪਕ ਜਾਂਦੇ ਆ, ਛੱਡਦੇ ਨਹੀਂ, ਤੇ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇਣਾ ਤੇ ਇਹ ਕਹਿਣਾ ਕਿ ਜੀ ਜੇ ਲੋਕ ਮੈਨੂੰ ਦੁਬਾਰਾ ਬਿਠਾਉਣਗੇ ਤਾਂ ਮੈਂ ਬੈਠੂੰਗਾ, ਇਹ ਇੱਕ ਦਲੇਰ ਤੇ ਇਮਾਨਦਾਰ ਲੀਡਰੀ ਫੈਸਲਾ ਜਿਹੜਾ ਉਹ ਲੈ ਸਕਦਾ। ਇਮਾਨਦਾਰੀ ਦੀ ਜੇ ਗੱਲ ਕਰੀਏ, ਅਰਵਿੰਦ ਕੇਜਰੀਵਾਲ ਜੀ ਜਿਹੜੇ, ਕੋਈ ਇਹ ਨਹੀਂ ਵੀ ਉਹ ਉਹਨਾਂ ਦਾ ਕੋਈ ਫਾਦਰ ਪੋਲੀਟੀਸ਼ੀਅਨ ਸੀ ਤਾਂ ਕਰਕੇ ਰਾਜਨੀਤੀ ਦੇ ਵਿੱਚ ਆਏ। ਜਦੋਂ ਇਨਕਮ ਟੈਕਸ ਕਮਿਸ਼ਨਰ ਵੀ ਸੀ ਉਦੋਂ ਵੀ ਸਿਰਫ ਇਮਾਨਦਾਰੀ ਤੇ ਜਿਹੜੀ ਲੋਕਾਂ ਦੀ ਸੇਵਾ ਦੀ ਭਾਵਨਾ ਸੀ ਉਹਦੇ ਕਰਕੇ ਹੀ ਜਿਹੜਾ ਉਹਨਾਂ ਨੇ ਇਨਕਮ ਟੈਕਸ ਕਮਿਸ਼ਨਰ ਤੋਂ ਰਿਜ਼ਾਈਨ ਦਿੱਤਾ। ਨਹੀਂ, ਜਿਹੜਾ ਬੰਦਾ ਕੋਈ ਕਰਪਸ਼ਨ ਕਰਨ ਵਾਲਾ ਹੋਵੇ ਤਾਂ ਇਨਕਮ ਟੈਕਸ ਕਮਿਸ਼ਨਰ ਦੀ ਕੁਰਸੀ ਕਿਹੜਾ ਛੋਟੀ ਆ? ਜੇ ਬੰਦੇ 'ਚ ਕੋਈ ਦਇਆ ਦੀ, ਕੋਈ ਲੋਕਾਂ ਦੀ ਸੇਵਾ ਦੀ ਭਾਵਨਾ ਹੋਵੇ ਕਿ ਕੋਈ ਇਨਕਮ ਟੈਕਸ ਕਮਿਸ਼ਨਰ ਦੀ ਕੁਰਸੀ ਤੋਂ ਰਿਜ਼ਾਈਨ ਦੇਊਗਾ, ਉਦੋਂ ਕਿਹੜਾ ਉਹਨੂੰ ਪਤਾ ਸੀ ਮੈਂ ਪੋਲਿਟਿਕਸ ਦੇ ਵਿੱਚ ਜਾਣਾ? ਸਿਰਫ ਇੱਕ ਚੰਗੇ ਵਿਅਕਤੀ ਸੀ, ਲੋਕਾਂ ਦੀ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਸੀ, ਉੱਥੋਂ ਰਿਜ਼ਾਈਨ ਕਰਕੇ ਕਿੰਨੇ ਸਾਲ ਤਾਂ ਮਦਰ ਟਰੀਸਾ ਦੇ ਨਾਲ ਕੰਮ ਕੀਤਾ, ਫਿਰ ਐਨਜੀਓ ਬਣਾਈ। ਚਲੋ, ਤਾਂ ਸਮੀਕਰਨ ਇੱਦਾਂ ਦੇ ਬਣ ਗਏ ਵੀ ਉਹਨਾਂ ਨੂੰ ਰਾਜਨੀਤੀ 'ਚ ਆਉਣਾ ਪੈ ਗਿਆ, ਤੇ ਸਿਰਫ ਕਿਉਂਕਿ ਅੱਜ ਉਹਨਾਂ ਨੇ ਵੀ ਕਿਹਾ ਵੀ ਜੋ ਦੇਸ਼ 'ਚ ਭ੍ਰਿਸ਼ਟਾਚਾਰ ਚੱਲ ਰਿਹਾ, ਜੋ ਜੋੜ ਤੋੜ ਦੀ ਰਾਜਨੀਤੀ, ਪੈਸੇ ਕਮਾਉਣ ਲਈ ਸੱਤਾ ਜਾਣਾ ਤੇ ਸੱਤਾ 'ਚ ਰਹਿ ਕੇ ਪੈਸੇ ਕਮਾਉਣਾ, ਫਿਰ ਉਸ ਪੈਸੇ ਨਾਲ ਸੱਤਾ 'ਚ ਆਉਣਾ, ਉਹ ਰਾਜਨੀਤੀ ਦਾ ਅੰਤ ਕਰਨ ਲਈ ਆਇਆ ਸੀ। ਤੇ ਉਸੇ ਇਮਾਨਦਾਰੀ ਤੇ ਅੱਜ ਬੀਜੇਪੀ ਨੇ ਉਹ ਛਵੀ ਨੂੰ, ਉਹ ਇਮੇਜ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ। ਹਾਲਾਂਕਿ ਸੁਪਰੀਮ ਕੋਰਟ ਦੇ ਜਿਹੜੇ ਮਾਣਯੋਗ ਅਦਾਲਤ ਦੀ ਜਿਹੜੀ ਜੱਜਾਂ ਦੀ ਜੱਜਮੈਂਟ ਨੇ ਬੜੀਆਂ ਚੀਜ਼ਾਂ ਕਲੀਅਰ ਕਰਤੀਆਂ। ਇੱਕ ਸਰਟੀਫਿਕੇਟ ਇਮਾਨਦਾਰੀ ਦਾ ਦਿੱਤਾ, ਕਿਉਂਕਿ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਸੀਬੀਆਈ ਪਿੰਜਰੇ ਦਾ ਤੋਤਾ ਬਣ ਕੇ ਕੰਮ ਕਰ ਰਹੇ ਆ, ਤੁਸੀਂ 22 ਮਹੀਨੇ ਤੱਕ ਤੁਸੀਂ ਅਰੈਸਟ ਨਹੀਂ ਕਰਦੇ ਤੇ 22 ਮਹੀਨੇ ਬਾਅਦ ਜਦੋਂ ਈਡੀ ਜਮਾਨ ਦੇ ਦਿੰਦੇ ਤੁਸੀਂ ਜਾ ਕੇ ਅਰੈਸਟ ਕਰ ਲੈਂਦੇ। ਉਹ ਸਾਰੀਆਂ ਚੀਜ਼ਾਂ ਤੋਂ ਵੀ ਜਿਹੜਾ ਇੱਕ ਤਰ੍ਹਾਂ ਦੀ ਇੱਕ ਫੈਸਲਾ ਹੀ ਆ, ਜਿਹੜਾ ਉਹਨਾਂ ਨੇ ਕਿਹਾ ਵੀ ਭਾਈ ਸਾਰਾ ਕੇਸ ਜਿਹੜਾ ਪੋਲੀਟੀਕਲੀ ਮੋਟੀਵੇਟਡ ਹੈ। ਪਰ ਅਰਵਿੰਦ ਕੇਜਰੀਵਾਲ ਜੀ ਦਾ ਇਹ ਫੈਸਲਾ ਕਿ ਅਸੀਂ ਇਕੱਲੇ ਕੋਰਟ ਤੋਂ ਹਰੀ ਝੰਡੀ ਨਹੀਂ ਲੈਣੀ, ਉਹਨਾਂ ਸਰਟੀਫਿਕੇਟ ਨਹੀਂ ਲੈਣਾ ਇਮਾਨਦਾਰੀ ਦਾ, ਅਸੀਂ ਲੋਕਾਂ ਤੋਂ ਲੈਣਾ, ਕਿਉਂਕਿ ਲੋਕਾਂ ਨੇ ਮੈਨੂੰ ਕੁਰਸੀ ਤੇ ਬਿਠਾਇਆ। ਕਿਉਂਕਿ ਹਰਿਆਣੇ 'ਚ ਇਲੈਕਸ਼ਨ ਨੇ, ਹੈ ਨਾ, ਤੋ ਔਰ ਇਹ ਵੀ ਆਣੀ ਹੁਣ ਪ੍ਰਤੀਕਿਰਿਆ ਆਣੀ ਸ਼ੁਰੂ ਹੋ ਗਈਆਂ ਕਿ ਹਲੇ ਬੇਲ ਤੇ ਨੇ, ਐਕਸਾਈਜ਼ ਪਾਲਿਸੀ ਦਾ ਮਸਲਾ ਹੈ, ਔਰ ਇਹ ਕਹਿਣਾ ਕਿ ਜਦੋਂ ਜਨਤਾ ਫੈਸਲਾ ਦੇਗੀ। ਤੁਹਾਨੂੰ ਕੀ ਲੱਗਦਾ ਕਿ ਦੇਸ਼ ਵਿੱਚ ਤੇ ਪਲੱਸ ਜਿੱਦਾਂ ਇਲੈਕਸ਼ਨ ਦਾ ਮਾਹੌਲ ਵੀ ਹੁੰਦਾ ਜਾਂ ਪੰਜਾਬ ਵਿੱਚ ਵੀ ਜਾਂ ਪੂਰੇ ਦੇਸ਼ ਵਿੱਚ, ਇਸ ਦਾ ਮੋਟਾ ਮੋਟਾ ਅਸਰ ਕੀ ਦੇਖਦੇ ਹੋ? ਦੇਖੋ, ਮੈਂ ਉਹੀ ਤਾਂ ਕਹਿਣਾ ਨਾ, ਅਸਰ ਤਾਂ ਇਹੀ ਹੋਊਗਾ ਕਿਉਂਕਿ ਬਦਲਾਅ ਦੀ ਰਾਜਨੀਤੀ ਲਈ ਅਸੀਂ ਆਏ ਸੀ। ਨਹੀਂ, ਕਿਹੜਾ ਬੰਦਾ ਜੇਲ੍ਹ ਜਾਣ ਤੋਂ ਪਹਿਲਾਂ ਤਾਂ ਕੁਰਸੀ ਛੱਡ ਸਕਦਾ? ਜਦੋਂ ਜੇਲ੍ਹ ਤੋਂ ਆਗੇ ਤਾਂ ਅਗਲਾ ਕਹਿੰਦਾ ਵੀ ਮੈਨੂੰ ਛੇਤੀ ਕੁਰਸੀ ਤੇ ਬਿਠਾਓ। ਜੇਲ੍ਹ ਤੋਂ ਆਉਣ ਤੋਂ ਬਾਅਦ, ਹੱਕ 'ਚ ਫੈਸਲਾ ਆਉਣ ਤੋਂ ਬਾਅਦ ਲੀਡਰ ਕਹੇ ਵੀ ਮੈਂ ਕੁਰਸੀ ਛੱਡਦਾ, ਕਿਉਂਕਿ ਉਹ ਗੱਲ ਉਹੀ ਹੈ ਨਾ, ਕਿਉਂਕਿ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਇੰਪੋਰਟੈਂਟ ਲੋਕ ਹੈ ਜਿਨ੍ਹਾਂ ਨੇ ਸਾਡੇ ਲੀਡਰ ਨੂੰ ਕੁਰਸੀ ਤੇ ਬਿਠਾਇਆ, ਤੇ ਉਹਨਾਂ ਦੇ ਵਿੱਚ ਹੀ ਦੁਬਾਰਾ ਜਾ ਕੇ ਜਿਹੜਾ ਗਲੀ ਗਲੀ ਅਰਵਿੰਦ ਜੀ ਵੀ ਜਾਣਗੇ, ਮਨੀਸ਼ ਜੀ ਵੀ ਜਾਣਗੇ, ਤੇ ਲੋਕਾਂ ਨੂੰ ਇਹੀ ਬੇਨਤੀ ਅਸੀਂ ਵੀ ਜਾ ਕੇ ਕਰਾਂਗੇ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਅਰਵਿੰਦ ਕੇਜਰੀਵਾਲ ਜੀ ਇਮਾਨਦਾਰ ਨੇ ਤਾਂ ਸਾਥ ਦਿਓ। ਤੇ ਇਹ ਗੱਲ ਆਮ ਲੋਕਾਂ ਦੇ ਵਿੱਚ ਚਰਚਾ 'ਚ ਹੈ ਵੀ ਅਰਵਿੰਦ ਕੇਜਰੀਵਾਲ ਨੂੰ ਹੋਰ ਕੁਛ ਕਹਿ ਸਕਦੇ ਆ, ਕੋਈ ਕਹਿ ਦੇ ਵੀ ਜੀ ਗੱਲ ਨਹੀਂ ਸੁਣਦਾ ਜੀ, ਅੜਬੈ ਕੁਛ ਕਹਿ ਸਕਦਾ, ਪਰ ਬੇਈਮਾਨ ਇਹ ਕੋਈ ਜਿਹੜਾ ਉਹਨਾਂ ਦਾ ਵਿਰੋਧੀ ਵੀ ਹੈ ਨਾ, ਉਹ ਜਦੋਂ ਕੈਮਰੇ ਤੋਂ ਪਿੱਛੇ ਗੱਲ ਕਰੂ ਉਹ ਕਹਿੰਦੇ ਯਾਰ ਵੀ ਨਹੀਂ ਅਰਵਿੰਦ ਕੇਜਰੀਵਾਲ ਬੇਈਮਾਨ ਨਹੀਂ ਹੋ ਸਕਦਾ, ਹੋਰ ਜੋ ਮਰਜ਼ੀ ਅਸੀਂ ਉਹਨੂੰ ਜਿਹੜਾ ਉਹ ਕਹਿ ਲਈਏ। ਸੋ ਉਸੇ ਇਮੇਜ ਨੂੰ ਡੈਂਟ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਲੋਕਾਂ ਜਾਣਾ, ਤੇ ਲੋਕ ਜਿਹੜਾ ਤੁਸੀਂ ਦੇਖਿਓ ਵੀ ਪਿਛਲੀ ਵਾਰ ਤਾਂ 62 ਆਈਆਂ ਸੀ, ਐਤਕੀ ਉਦੋਂ ਵੀ ਵੱਡਾ ਮੈਂਡੇਟ ਦਿੱਲੀ ਦੇ ਵਿੱਚ ਆਊਗਾ।